ਭਰਾਵਾਂ ਦਾ ਹੁੰਦਾ ਹੈ, ਬਹੁਤੀ ਜਗ੍ਹਾ ਉੱਥੇ ਵੀ ਮੇਰਾ ਸਮਾਂ ਹੁੰਦਾ। ਇਹ ਸਾਰੀ ਤੁਹਾਡੀ ਕਿਰਪਾ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਹੈ। 20,000 ਬ੍ਰਾਹਮਣਾਂ 'ਚ ਜਾ ਕੇ ਜਿੱਥੇ ਸ਼ੰਕਰਾਚਾਰੀਆ ਵਰਗੇ ਬੈਠੇ ਹੁੰਦੇ ਆ, ਉੱਥੇ ਜਾ ਕੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਸੁਣਾਉਣੀ, ਇਹ ਸਾਰੀ ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਨਾਲ। ਮੈਂ ਤਾਂ ਜੈਨੀਆਂ 'ਚ ਵੀ ਚੱਲਿਆ ਜਾਂਦਾ, ਮੈਨੂੰ ਉਹ ਵੀ ਬੁਲਾ ਲੈਂਦੇ ਆ ਜਿੱਥੇ ਵੱਡੇ ਵੱਡੇ ਜੈਨੀਆਂ ਦੇ ਇਕੱਠ ਹੁੰਦੇ ਆ। ਧੰਨ ਸਤਿਗੁਰ ਰਵਿਦਾਸ ਮਹਾਰਾਜ ਦੀ, ਕਿੱਡੀ ਵੱਡੀ ਸੰਪਰਦਾ, ਕਿੰਨੀ ਜਗ੍ਹਾ ਜਾਈਦਾ ਹਾਜ਼ਰੀ ਭਰਨ ਵਾਸਤੇ, ਸੰਗਤਾਂ ਬੜਾ ਪਿਆਰ ਕਰਦੀਆਂ, ਇਹ ਸਾਰੀ ਤੁਹਾਡੀ ਕਿਰਪਾ ਹੈ। ਸੋ ਸਭ ਦੇ ਨਾਲ ਮਹਾਰਾਜ ਕਹਿੰਦੇ ਪ੍ਰੇਮ ਦੇ ਨਾਲ ਸੰਸਾਰ ਵਿੱਚ ਰਹਿ। ਤੁਲਸੀ ਇਸ ਸੰਸਾਰ ਮੇਂ ਭਾਂਤ ਭਾਂਤ ਕੇ ਲੋਕ, ਸਭ ਮੇਂ ਰਲ ਮਿਲ ਬੈਠੀਏ, ਦੇ ਨਾ ਕਾਹੂ ਦੋਸ਼, ਤਰ੍ਹਾਂ ਤਰ੍ਹਾਂ ਦੀ ਦੁਨੀਆ ਤੂੰ ਸਾਰਿਆਂ ਦੇ ਨਾਲ ਨਿਭਾ ਕੇ ਵਿਖਾ, ਸਾਰਿਆਂ ਨਾਲ ਪ੍ਰੇਮ ਪਿਆਰ ਰੱਖ। ਕਿਆ ਵਸਾਸਾ, ਕਿਆ ਪਤਾ ਕਿਸ ਭੇਸ ਮੇਂ ਨਾਰਾਇਣ ਮਿਲ ਜਾਏ, ਕੀ ਪਤਾ ਰੱਬ ਤੈਨੂੰ ਕਿਹੜੇ ਰੂਪ 'ਚ ਮਿਲ ਜੂਗਾ। ਤੂੰ ਸਭ ਨਾਲ ਹੀ ਪ੍ਰੇਮ ਰੱਖ, ਸਭ ਨਾਲ ਹੀ। ਤੁਮ ਰਾਮ ਕਹੋ ਬੋ ਰਹੀਮ ਕਹੇ, ਮਤਲਬ ਤੋ ਏਕ ਅੱਲਾ ਸੇ ਹੈ। ਤੁਮ ਪੰਥ ਕਹੋ ਬੋ ਰਾਹਗੀਰ ਕਹੇ, ਮਤਲਬ ਤੋ ਉਸਕੀ ਰਾਹ ਸੇ ਹੈ। ਕਿਉਂ ਲੜਤੇ ਹੋ ਨਦਾਨ ਬੰਦੇ, ਤੇਰੀ ਸਭ ਖਿਆਮ ਖਿਆਲੀ ਹੈ। ਹੈ ਪੇੜ ਕੀ ਜੜ ਤੋ ਏਕ ਬਹੀ, ਹਰ ਮਜ਼ਹਬ ਡਾਲੀ ਡਾਲੀ। ਕਿਉਂ ਲੜਦਾ ਫਿਰਦਾ ਬੰਦਾ, ਰੌਲਾ ਪਾਉਂਦਾ, ਗੁਰਦੁਆਰਾ ਅਸੀਂ ਬਣਾਇਆ, ਮੰਦਰ ਅਸੀਂ ਬਣਾਇਆ, ਮਸੀਤਾਂ ਅਸੀਂ ਬਣਾਈਆਂ, ਪਾਉਂਦੇ ਉਹਨਾਂ ਰੌਲਾ। ਪਰ ਆਹ ਜਿਹੜਾ ਮਨੁੱਖਾ ਸਰੀਰ, ਇਹ ਮੰਦਰ ਕਿਹਨੇ ਬਣਾਇਆ? ਇਹ ਰੱਬ ਦਾ ਬਣਾਇਆ ਮੰਦਰ ਹੈ। ਇਹਦੇ 'ਚ ਕਿਉਂ ਫਰਕ ਕਰਦਾ ਆ ਫਲਾਣੇ ਧਰਮਾਂ ਦੇ, ਆ ਫਲਾਣੇ ਆ ਫਲਾਣੇ? ਨਹੀਂ ਨਹੀਂ, ਇਹ ਸਾਰੇ ਰੱਬ ਦੇ ਬਣਾਏ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਭ ਨਾਲ ਹੀ ਰਲ ਮਿਲ ਕੇ ਮਹਾਰਾਜ ਕਹਿੰਦੇ ਰਹਿ, ਫਿਰ ਤੇਰੀ ਜ਼ਿੰਦਗੀ ਸਫਲ ਹੈ। ਗੁਰੂ ਵਾਲੇ ਬਣੋ, ਨਾਮ ਦੀ ਕਮਾਈ ਕਰੋ, ਸਾਰਿਆਂ ਧਰਮਾਂ ਦਾ ਸਤਿਕਾਰ, ਤੇ ਆਪਦੇ ਧਰਮ ਨਾਲ ਪਿਆਰ ਕਰੋ, ਆਪਣੇ ਧਰਮ ਨਾਲ ਪਿਆਰ, ਬਾਕੀ ਸਾਰਿਆਂ ਦਾ ਸਤਿਕਾਰ। ਆਏ ਨਹੀਂ ਵੀ ਆਪਾਂ ਬਾਕੀਆਂ ਨੂੰ ਗਾਲਾਂ ਕੱਢੀ ਜਾਈਏ ਤੇ ਅਗਲਾ ਸਾਡੇ ਧਰਮ ਦੀ ਇੱਜ਼ਤ ਕਰੇ, ਇਹ ਕੰਮ ਨਹੀਂ ਹੁੰਦਾ। ਵੀ ਆਪਾਂ ਲੋਕਾਂ ਦੇ ਬੁੜਿਆਂ ਦੇ ਬਾਲੇ ਕੱਢੀਏ ਚੱਕ ਚੱਕ ਕੇ, ਤੇ ਅਗਲੇ ਸਾਡੇ ਬੁੜੇ ਨੂੰ ਮੱਥਾ ਟੇਕੇ, ਆਏ ਨਹੀਂ ਹੁੰਦਾ। ਲੋਕਾਂ ਦੀਆਂ ਬੁੜੀਆਂ ਦੇ ਤੋਂ ਬਾਲੇ ਕੱਢਦਾ ਫਿਰੇ ਚੱਕ ਚੱਕ ਕੇ ਮਾਰੇ ਉਹਨਾਂ ਨੂੰ, ਤੇ ਤੇਰੀ ਬੇਬੇ ਦੇ ਅਗਲੇ ਪੈਰੀਆਂ ਥੱਲਾਉਣ, ਇਹ ਕੰਮ ਨਹੀਂ ਹੋਣਾ। ਬਗਾਨਿਆਂ ਦਾ ਸਤਿਕਾਰ ਕਰੋ, ਹੋਰ ਧਰਮਾਂ ਦਾ ਸਤਿਕਾਰ ਕਰੋ, ਤੇਰਾ ਸਤਿਕਾਰ ਫਿਰ ਹੋਊਗਾ। ਸੋ ਆਓ ਸਮਾਪਤੀ ਕਰੀਏ, ਧੰਨਵਾਦ।